ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਕੰਪਲਸਰੀ ਕਰਤਾ ਸੀ ਹੂੰ ਕੰਪਲਸਰੀ ਬਿਲਕੁਲ ਉਹਨੇ ਕਹ ਸੀ ਜੇ ਇੱਕ ਪੇਟਾ ਕਰਨਾ ਤੇ ਮੈਨੂੰ ਜਵਾਨੀਆਂ ਪੇਟਾ ਕਰੋ ਕੋੜੇ ਪੇਟਾ ਕਰੋ ਸ਼ਸਤਰ ਪੇਟਾ ਕਰੋ ਸਾਡੇ ਜਥੇਦਾਰ ਦਾ ਤਾਂ ਇਕੱਲਾ ਹੁਕਮ ਨਹੀਂ ਉਹਨੇ ਤਾਂ ਹੁਕਮ ਸੁਣਾਇਆ ਵੀ ਭਾਈ ਸ਼ਸਤਰ ਰੱਖੋ ਹੂੰ ਲਾਇਸੈਂਸ ਹੀ ਹਥਿਆਰ ਰੱਖੋ ਹੁਕਮ ਤਾਂ ਮੇਰੀ ਪੀਰੀ ਦੇ ਮਾਲਕ ਦਾ ਹੂੰ ਹੁਕਮ ਤਾਂ ਸਾਡੇ ਕਲੰਗੀਆਂ ਵਾਲੇ ਦਾ ਹੂੰ ਤਾਂ ਹੀ ਤੁਸੀਂ ਰੱਖੀ ਫਿਰਦੇ ਮਹਾਰਾਜ ਇਹੋ ਹੋ ਗਿਆ ਇੱਕ ਹੋਰ ਜਾਣਕਾਰੀ ਦਿਓ ਅਕਸਰ ਲੋਕ ਕਹਿੰਦੇ ਆ ਕਹਿੰਦੇ ਵੀ ਬਾਬੇ ਕੋਲੇ ਜਦੋਂ ਜਾਓ ਕਹਿੰਦੇ ਕਦੀ ਬੰਦੀ ਸਿੰਘਾਂ ਦੀ ਗੱਲ ਇਹ ਨਹੀਂ ਕਰਦੇ ਕੌਮ ਦੇ ਮੁੱਦਿਆਂ ਦੀ ਗੱਲ ਇਹ ਨਹੀਂ ਕਰਦੇ ਪੰਜਾਬ ਦੇ ਪਾਣੀਆਂ ਦੀ ਗੱਲ ਇਹ ਨਹੀਂ ਕਰਦੇ ਕਹਿੰਦੇ 328 ਰੁਪਿਆਂ ਦੀ ਗੱਲ ਇਹ ਨਹੀਂ ਕਰਦੇ ਕਹਿੰਦੇ ਗੱਲਾਂ ਕਰਨਗੇ ਮੇਰਾ ਘੋੜਾ ਮੇਰਾ ਸ਼ਾਨ ਮੇਰਾ ਪੰਜਾਬ ਮੇਰਾ ਆਸ਼ਰਮ ਇਹ ਸਾਬ ਵੱਲੋਂ ਮੇਰੇ ਖਰਚੇ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਹਾਂ ਸਾਇਦ 328 ਰੁਪਏ ਵਾਲਾ ਮੁੱਦਾ ਜਿਹੜਾ ਉਹ ਮੈਂ ਬਿਸਰ ਗਿਆ ਹੋਣਾ ਮੇਤੋਂ ਪੰਜਾਬ ਦੇ ਪਾਣੀਆਂ ਦੀ ਗੱਲ ਮੇਰੇ ਜਿੰਨੀ ਕਿਸੇ ਨੇ ਨਹੀਂ ਕੀਤੀ ਕੀ ਕਹੀ ਹੈ ਮੈਂ ਤਾਂ ਕਹਿਣਾ ਵੀ ਜੇ ਪੰਜਾਬ ਦੇ ਪਾਣੀਆਂ ਲਈ ਬੋਲੋ ਸਭ ਤੋਂ ਪਹਿਲੀ ਅੱਗੇ ਮੈਂ ਚੱਲੂਗਾ ਕਿੱਥੇ ਤੁਸੀਂ ਧਰਨਾ ਲਾਉਣਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਿੱਥੇ ਮੋਰਚਾ ਖੋਲਣਾ ਕਿੱਥੇ ਬੈਠਣਾ ਹੈ ਦੱਸੋ ਮੈਨੂੰ ਬਿਠਾਓ ਸਭ ਤੋਂ ਮੂਰੇ ਹੁਣ 9 ਮਈ ਬੜੀ ਕਿਵੇਂ ਵੇਖਦੇ ਹੋ ਸੰਤ ਜਰਨੈਲ ਸਿੰਘ ਭਿੰਡਰਾਲੇ ਮਹਾਪੁਰਸ਼ ਜਿੰਨਾ ਉਹਨਾਂ ਦੇ ਹੱਕ ਦੇ ਵਿੱਚ ਹਾਂ ਨਾ ਨਾਰਾ ਠੋਕ ਕੇ ਮੈਂ ਮਾਰਿਆ ਕਿਸੇ ਬਾਬੇ ਨੂੰ ਨਹੀਂ ਮਾਰਿਆ ਕਿਸੇ ਬਾਬੇ ਨੇ ਨਹੀਂ ਮਾਰਿਆ ਅੱਜ ਤੱਕ ਸਾਰੇ ਜਾਣਦੇ ਆ ਸੰਤਾਂ ਦਾ ਨਾਂ ਜਿੰਨਾ ਮੈਂ ਲਿਆ ਇੰਟਰਵਿਊਆਂ ਦੇ ਵਿੱਚ ਕਿਸੇ ਨੇ ਨਹੀਂ ਲਿਆ ਮੈਂ ਤਾਂ ਖੁਦ ਜਾ ਕੇ ਅਕਾਲੀ ਦਲ ਦੇ ਵਿੱਚ ਵੀ ਕਹਿੰਦਾ ਸੀ ਵੀ ਜੇ ਭਾਈ ਦੀਪ ਸਿੰਘ ਸਿੱਧੂ ਤੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ ਤਾਂ ਅਸੀਂ ਤੁਹਾਡੇ ਨਾਲ ਆ ਨਹੀਂ ਨਹੀਂ ਹੂੰ ਦੂਸਰੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ 100% ਨਾਲ ਆ ਹੁਣ ਤਾਂ ਜੇ ਸਾਡੇ ਪੰਥ ਦੇ ਵਿੱਚ ਏਕਾ ਹੋਇਆ ਜਿਹੜੇ ਇਹਦੇ ਤੇ ਬੋਲਦੇ ਨੇ ਬੋਲਣਾ ਨਹੀਂ ਚਾਹੀਦਾ 40 ਮੁਕਤਿਆਂ ਦਾ ਇਤਿਹਾਸ ਪੜੋ ਨਿਕਰਾਂ ਦੀ ਗੱਲ ਕਰਦੇ ਹੋ ਬੋਲਣੀ ਚਾਹੀਦਾ ਕੋਈ ਵੀ ਜਿੱਦਾਂ ਹੁਣ ਜੇ ਕੋਈ ਦਾਦੂਵਾਲ ਸਾਹਿਬ ਬੋਲੇ ਨੇ ਨਹੀਂ ਬੋਲਣਾ ਚਾਹੀਦਾ ਸਾਰੇ ਪੰਥ ਇੱਕ ਥਾਂ 'ਤੇ ਇਕੱਠਾ ਹੋਇਆ ਸਿਮਰਜੀਤ ਸਿੰਘ ਮਾਨ ਮਾਨ ਜੀ ਉਹਦਾ ਏਡੇ ਮਤਲਬ ਅੜੀ ਖੋਰ ਨੇ ਜਾਂ ਐਨੇ ਉਹ ਖਾੜਕੂ ਨੇ ਤੇ ਜਦੋਂ ਉਹਨਾਂ ਉਹਨਾਂ ਨੇ ਇੱਕ ਪਿੱਠ ਨਾਲ ਪਿੱਠ ਜੋੜ ਕੇ ਬੈਠ ਗਏ ਤੇ ਫਿਰ ਦਾदूवाल ਸਾਹਿਬ ਨੂੰ ਵੀ ਕੀ ਪ੍ਰੋਬਲਮ ਹੋਣੀ ਚਾਹੀਦੀ ਹੂੰ ਹੂੰ ਮਸਾ ਤਾਂ ਸਾਡੀ ਪੰਥ ਚ ਏਕਾ ਹੋਇਆ ਹੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਕਮੇਟੀ ਬਣੀ ਆ ਬਹੁਤ ਚੰਗੀ ਬਣੀ ਆ ਹੁਣ ਉਹ ਤੇ ਭਰੋਸਾ ਕਰੋ ਤੇ ਦੇਖਦੇ ਆ ਉਹ ਕੀ ਕਰਦੇ ਨੇ ਹੂੰ ਠੀਕ ਹੈ ਜੀ ਵੀ ਬੰਦੀ ਸਿੰਘ ਤੁਹਾਡੇ ਕਹਿਣ ਤੋਂ ਬਾਹਰ ਲਿਆਉਣੇ ਚਾਹੀਦੇ ਨੇ ਇਹ ਸਾਨੂੰ ਆਪਣੀ ਹੌਮੇ ਛੱਡਣੀ ਪੈਂਦੀ ਐ ਤੇ ਛੱਡਦੀ ਐ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਤਾਂ ਹਰ ਇੱਕ ਗੁਰਸਿੱਖ ਦਾ ਫਰਜ਼ ਹੈ ਵੀ ਉਹ ਡਟ ਕੇ ਹਾਂ ਦਾ ਨਾਰਾ ਮਾਰੇ ਹਵਾਰੇ ਨੂੰ ਕੀ ਲੋੜ ਸੀ 150 ਏਕੜ ਦਾ ਮਾਲਕ ਹੈ ਮੈਂ ਸੁਣਿਆ ਉਹ ਆਪਣੀਆਂ ਜਵਾਨੀਆਂ ਮਾਨਦਾ ਇਹਨੂੰ ਹੋ ਗਏ 26 ਸਾਲ 28 ਸਾਲ ਬੈਠੇ ਨੂੰ ਕਾਹਦੇ ਵਾਸਤੇ ਹੂੰ ਸਾਡੇ ਖਾਤਰੀ ਬੈਠੇ ਨੇ ਹੱਕ ਚ ਹਾਂ ਦਾ ਨਾਰਾ ਮਾਰਨਾ ਚਾਹੀਦਾ